लोकसभा हलका फतेहगढ़ साहब तो कांग्रेस पार्टी दे उम्मीदवार डॉक्टर अमर सिंह ने सरहान शहर दे वार्ड नंबर 15 विखे चोण प्रचार किया। इस मौके उम्मीदवार डॉक्टर अमर सिंह ने कहा कि लोगों विच कांग्रेस प्रति बहुत उत्साह है। उन्होंने कहा कि लोग कांग्रेस पार्टी नु वोट पाउणा चाहुंदे ने। उम्मीदवार डॉक्टर अमर सिंह ने कहा कि मेरा सुपना है कि फतेहगढ़ साहब नु मैं इंटरनेशनल मैप ते लेके आवां। उन्होंने कहा कि मैनु आस है कि लोग मैनु भारी बहुमत नाल इत्थों जिताउणगे। इस मौके कांग्रेसी आगुआं ने लोगों नु कांग्रेस पार्टी दे उम्मीदवार डॉक्टर अमर सिंह नु वध तों वध वोटां पाउण दी अपील कीती। ਸਾਡੀ 11ਵੀਂ ਮੀਟਿੰਗ ਹੈ, ਇੱਕ ਮੀਟਿੰਗ ਮੇਰੀ ਹੋਰ ਬਚੀ ਹੋਈ ਆ। ਮੈਂ ਤਾਂ ਆਪ ਬਹੁਤ ਹੈਰਾਨ ਹਾਂ ਕਿ ਪਿੰਡਾਂ 'ਚੋਂ ਵੀ ਔਰ ਸ਼ਹਿਰ 'ਚ ਵੀ ਆ, ਤੁਸੀਂ ਹੁਣ ਦੇਖ ਲਓ ਕਿ 9 ਵਜੇ ਹੋਏ ਆ ਔਰ 300-400 ਆਦਮੀ ਬੈਠਾ ਹੋਇਆ, ਬੀਬੀਆਂ ਬੈਠੀਆਂ ਹੋਈਆਂ ਨੇ। ਸਪਸ਼ਟ ਹੈ ਕਿ ਲੋਕਾਂ ਦਾ ਜਿਹੜਾ ਹੁੰਗਾਰਾ ਉਹ ਕਾਂਗਰਸ ਤਰਫ ਹੈ ਔਰ ਉਹ ਮੇਰੇ ਉਮੀਦਵਾਰੀ ਤਰਫ ਹੈ। ਲੋਕ ਸਾਡੇ ਸਾਨੂੰ ਵੋਟ ਪਾਉਣਾ ਚਾਹੁੰਦੇ ਆ ਔਰ ਮੈਨੂੰ ਲੱਗਦਾ ਕਿ ਫਤਿਹਗੜ੍ਹ ਸਾਹਿਬ ਦੀ ਜਿਹੜੀ ਸੀਟ ਆ ਇਹ ਵਿਧਾਨ ਸਭਾ ਵਾਲੀ ਵੀ ਔਰ ਲੋਕ ਸਭਾ ਵਾਲੀ ਅਸੀਂ ਬਹੁਤ ਵੱਡੇ ਮਾਰਜਨ ਨਾਲ ਜਿੱਤਾਂਗੇ। ਦੇਖੋ ਸਮੱਸਿਆ ਤਾਂ ਦੇਖੋ ਜਿਹੜੀਆਂ ਮੇਨ ਰਹਿੰਦੀਆਂ ਉਹ ਸਭ ਜਗ੍ਹਾ ਦੀ ਉਹ ਹੋਈ ਆ। ਦੇਖੋ ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ, ਗਰੀਬੀ ਸਭ ਤੋਂ ਵੱਡੀ ਸਮੱਸਿਆ, ਸ਼ਹਿਰਾਂ ਦੀਆਂ ਇਨਫਰਾਸਟਰਕਚਰ ਸਮੱਸਿਆ, ਜ਼ਿਮੀਦਾਰ ਇੱਕ ਕ੍ਰਾਈਸਿਸ 'ਚ ਅੱਜ ਹੈਗਾ ਉਹ ਸਮੱਸਿਆ, ਇੰਪਲੋਈਜ਼ ਦੀਆਂ ਸਮੱਸਿਆਵਾਂ ਨੇ, ਸਿਹਤ ਔਰ ਐਜੂਕੇਸ਼ਨ 'ਤੇ ਜਿਹੜਾ ਬਹੁਤ ਖਰਚਾ ਪ੍ਰਾਈਵੇਟ ਵੱਧ ਗਿਆ ਉਹ ਮੈਨੂੰ ਲੱਗਦਾ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਅਤੇ ਸਮੱਸਿਆ ਦਾ। ਔਰ ਇਸ ਜਗ੍ਹਾ ਤਾਂ ਫਤਿਹਗੜ੍ਹ ਸਾਹਿਬ ਦਾ, ਸ਼੍ਰੀ ਫਤਿਹਗੜ੍ਹ ਸਾਹਿਬ ਦਾ ਉਹੀ ਮੈਂ ਵਾਰ ਵਾਰ ਕਹਿੰਦਾ ਹੈਗਾ ਕਿ ਮੈਂ ਤਾਂ ਉਹਨੂੰ ਇੰਟਰਨੈਸ਼ਨਲ ਮੈਪ 'ਤੇ ਲਿਆਉਣਾ ਚਾਹੁੰਦਾ ਹੈਗਾ, ਉਹਨੂੰ ਦੁਨੀਆ 'ਚ ਲੈ ਕੇ ਜਾਣਾ ਚਾਹੁੰਦਾ, ਮੇਰਾ ਸੁਪਨਾ ਹੈਗਾ। ਮੈਂ ਵਾਹਿਗੁਰੂ ਨੂੰ ਪ੍ਰਾਰਥਨਾ ਵੀ ਕਰਦਾ ਕਿ ਸਫਲਤਾ ਦਿਉ ਅਤੇ ਕੰਮ ਤਾਂ ਬਹੁਤ ਜ਼ਿਆਦਾ ਨੇ, ਲੇਕਿਨ ਮੈਨੂੰ ਉਮੀਦ ਹੈ ਕਿ ਲੋਕ ਮੈਨੂੰ ਹੁੰਗਾਰਾ ਭਰ ਕੇ ਔਰ ਮੈਨੂੰ ਇੱਥੋਂ ਦਾ MP ਬਣਾਉਣਗੇ ਔਰ ਮੈਂ ਵੀ ਮਨ ਨਾਲ ਤਨਦੇਹੀ ਨਾਲ ਇਹ ਸਾਰੀਆਂ ਗੱਲਾਂ 'ਤੇ ਕੰਮ ਕਰਾਂਗਾ ਔਰ ਮੈਨੂੰ ਸਫਲਤਾ ਦਾ ਵੀ, ਜਿਵੇਂ ਮੈਂ ਹੁਣੇ ਕਿਹਾ ਸੀ, ਮੈਂ ਤਾਂ ਇੱਥੋਂ ਤੱਕ ਤਿਆਰ ਹਾਂ ਕਿ ਇਹ ਜਿਵੇਂ ਆਪਾਂ ਵੀ ਖਰਚਾ ਜ਼ਿਆਦਾ ਆਊਗਾ ਜਿਹੜੇ ਨਵੇਂ ਪ੍ਰੋਜੈਕਟ ਲੈਣੇ ਆ ਉਹ ਪਾਇਲਟ ਪ੍ਰੋਜੈਕਟ ਕਰਕੇ ਮੈਂ ਲਿਆਉਣ ਨੂੰ ਤਿਆਰ ਹਾਂ। ਮੇਰੇ 'ਚ ਆਈਡੀਆ ਤਾਂ ਹੈਗੇ ਆ, ਬਿਊਰੋਕਰੇਸੀ ਮੈਨੂੰ ਦਿੱਲੀ 'ਚ ਜਾਣਦੀ ਆ ਔਰ ਮੈਨੂੰ ਲੱਗਦਾ ਕਿ ਮੈਂ ਸਫਲ ਹੋ ਜੂੰਗਾ, ਇਹ ਮੈਨੂੰ ਗੱਲ ਲੱਗਦੀ। ਦੇਖੋ ਜਿਹੜੀ ਜ਼ਿਆਦਾ ਵੋਟ ਹੈ ਲੋਕ ਸਭਾ 'ਚ ਉਹ ਪਾਰਟੀ ਬੇਸ 'ਤੇ ਪੈਂਦੀ ਆ ਜੀ, ਕੈਂਡੀਡੇਟ 'ਤੇ ਵੀ ਹੁੰਦੀ ਆ ਲੇਕਿਨ ਪਾਰਟੀ ਬੇਸ 'ਤੇ ਪੈਂਦੀ ਆ ਜੀ। ਦੇਖੋ ਕਾਂਗਰਸ ਦੇ 7 MLA ਆ ਇੱਥੇ, 9 ਹਲਕਿਆਂ 'ਚੋਂ, ਠੀਕ ਹੈ, ਔਰ ਸਾਨੂੰ ਕੋਈ 4.5 ਜਾਂ 5 ਲੱਖ ਦੇ ਕਰੀਬ ਵੋਟ ਪਈ ਸੀ ਸਾਨੂੰ ਵਿਧਾਨ ਸਭਾ 'ਚ। ਦੇਖੋ ਅਕਾਲੀ ਦਲ ਔਰ ਆਮ ਪਾਰਟੀ ਅਗਰ ਆਪਾਂ ਦੇਖੀਏ ਤਾਂ 2017 ਵਾਲੀ ਸਿਚੁਏਸ਼ਨ ਨਾਲੋਂ ਬਹੁਤ ਕਮਜ਼ੋਰ ਹੋਇਆ। ਅਕਾਲੀ ਦਲ ਤਾਂ ਟੁੱਟਿਆ ਵਾ ਔਰ ਆਮ ਪਾਰਟੀ ਤਾਂ ਟੁੱਟੀ ਕੀ, ਉਹਦੀ ਤਾਂ ਹੁਣ ਕੁਛ ਦਿਖ ਹੀ ਨਹੀਂ ਰਿਹਾ, 5-7 ਉਹਦੇ ਪਾਰਟ ਬਣ ਗਏ ਆ। ਅਤੇ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਪੋਲੀਟਿਕਸ ਕਦੇ ਵੀ ਮੁਕਾਬਲੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਜਾਂ ਸਾਹਮਣੇ ਵਾਲੇ ਨੂੰ, ਕਿਉਂਕਿ ਲਾਸਟ ਮਿੰਟ ਤੱਕ ਫਿਨਿਸ਼ ਹੁੰਦਾ ਹੈਗਾ ਇਹਦੇ ਰਾਜਨੀਤੀ 'ਚ, ਲੇਕਿਨ ਉਹਨਾਂ ਦੀ ਹਾਲਤ ਹੈ ਨਹੀਂ ਆ ਹੁਣ ਅਕਾਲੀ ਦਲ ਨੂੰ। ਇਹ ਤਾਂ ਮੀਟਿੰਗ ਨਹੀਂ ਕੋਈ ਕਰਦੇ, ਉਹਨਾਂ ਨੂੰ ਕਹੋ ਚਲੋ ਇੱਕ ਮੀਟਿੰਗ ਆ ਜਿਹੜੀ ਅਸੀਂ ਕੀਤੀ ਆ ਇਸ ਤਰ੍ਹਾਂ ਦੀ ਇੱਕ ਮੀਟਿੰਗ ਉਹ ਕਰਕੇ ਦਿਖਾ ਦੇਣ ਕਿਤੇ ਵੀ, ਕਿਤੇ ਵੀ ਸਾਰੇ ਹਲਕੇ 'ਚ, 9 ਹਲਕਿਆਂ 'ਚ ਇੱਕ ਕੋਈ 500 ਬੰਦਿਆਂ ਦੀ ਕਰ ਦੇਣ, ਮੈਰਿਜ ਪੈਲੇਸ ਜਾਂ ਕਿਸੇ ਹੋਟਲ 'ਚ ਜਾਂ ਕਿਸੇ ਦੇ ਘਰ 'ਚ ਬੈਠ ਕੇ ਤਾਂ ਮੀਟਿੰਗਾਂ ਕਰ ਦੇਣ, ਕੋਈ ਪਬਲਿਕ ਮੀਟਿੰਗ ਨਹੀਂ ਕਰ ਰਹੇ ਹੈਗੇ। ਪਬਲਿਕ ਮੀਟਿੰਗ ਕਰਨ ਤਾਂ ਸਹੀ ਨਾ, ਪਬਲਿਕ ਸਵਾਲ ਵੀ ਕਰਦੀ ਆ, ਤੁਸੀਂ ਵੀ ਫਿਰ ਗੱਲ ਕਰੋਗੇ, ਅਤੇ ਮੈਨੂੰ ਨਹੀਂ ਲੱਗਦਾ ਹੈਗਾ ਆਮ ਪਾਰਟੀ ਨੇ ਕੋਈ ਪਬਲਿਕ ਮੀਟਿੰਗ ਕੀਤੀ ਹੈ। ਇੱਕ ਮੀਟਿੰਗ ਦੱਸ ਦੇਣ, ਸਾਡੇ ਨੋਟਿਸ ਦਾ ਕੋਈ ਹੈ ਨਹੀਂ ਹੈਗੀ, ਨਹੀਂ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਹੁੰਦਾ ਹੈਗਾ। ਦੇਖੋ ਵਿਕਾਸ ਦਾ ਮੁੱਦੇ ਤਾਂ ਸਾਰੇ ਹੀ ਲੈ ਕੇ ਚੱਲਾਂਗੇ, ਮੁੱਦੇ ਸਾਰੇ ਲੈ ਕੇ ਚੱਲਾਂਗੇ ਔਰ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਮਨ 'ਚ, ਕਿਉਂਕਿ ਬਹੁਤ ਤਾਂਗ ਹੈ, ਤਰੀਕਾ ਵੀ ਆਉਂਦਾ ਕਿਉਂਕਿ 9-10 ਸਾਲ ਕੇਂਦਰ ਸਰਕਾਰ 'ਚ ਰਿਹਾ, ਮੈਨੂੰ ਇਹ ਲੱਗਦਾ ਕਿ ਮੇਰੀ ਸਫਲਤਾ ਹੋਏਗੀ, ਜਿਹੜਾ ਪ੍ਰੋਜੈਕਟ ਮੈਂ ਹੱਥ 'ਚ ਲੈ ਲਾਂਗਾ ਮੈਂ ਉਹਨੂੰ ਸਫਲਤਾ ਨਾਲ ਕਰਾ ਲਾਂਗਾ ਜੀ। ਜਿਹੜਾ ਹੁੰਗਾਰੇ ਦਾ ਪਤਾ ਲੱਗ ਰਿਹਾ ਪਿੰਡਾਂ ਦੇ ਵਿੱਚ ਵੀ, ਸ਼ਹਿਰਾਂ ਦੇ ਵਿੱਚ ਵੀ ਅਤੇ ਕਸਬਿਆਂ ਦੇ ਵਿੱਚ ਵੀ ਡਾਕਟਰ ਅਮਰ ਸਿੰਘ ਬਹੁਤ ਵੱਡੀ ਲੀਡ ਦੇ ਨਾਲ ਜਿੱਤਣ ਵੱਲ ਜਾ ਰਹੇ ਹੈ। ਆਸ ਕਰਦੇ ਪਰਮ ਪਿਤਾ ਪਰਮਾਤਮਾ ਇਸ ਜਿੱਤ ਨੂੰ ਬਰਕਰਾਰ ਰੱਖਣ ਦੇ ਲਈ ਇਸੇ ਤਰ੍ਹਾਂ ਕੰਪੇਨ ਚੱਲਦੀ ਰਹੇ ਅਤੇ ਡਾਕਟਰ ਅਮਰ ਸਿੰਘ ਜਿਹੜਾ ਕਿ 13 ਸੀਟਾਂ ਦੇ ਵਿੱਚ ਸਭ ਤੋਂ ਵੱਡੀ ਲੀਡ ਲੈ ਕੇ 13 'ਚ ਅੱਗੇ ਜਾ ਰਹੇ, ਇਹ 2 ਲੱਖ ਤੋਂ ਉੱਪਰ ਲੀਡ ਲੈ ਕੇ ਜਾਣਗੇ ਔਰ ਤੁਸੀਂ ਦੇਖੋਗੇ ਵੀ ਜਿਹੜੀ ਜਿੱਤ ਇੰਨੀ ਵੱਡੀ ਹੋਏਗੀ ਔਰ ਸਾਰੇ ਹਲਕੇ ਨੂੰ ਵੀ ਹੈਰਾਨੀ ਭਰੀ ਹੋਏਗੀ, ਕਿਉਂਕਿ ਜਿਹੜਾ ਇਹਨਾਂ ਦੇ ਖਿਲਾਫ ਉਮੀਦਵਾਰ ਖੜ੍ਹੇ ਆ ਉਹਨਾਂ ਦਾ ਐਡਾ ਕੋਈ ਵੱਡਾ ਕਿਰਦਾਰ ਨਹੀਂ, ਨਾ ਹੀ ਉਹ ਐਡੀ ਵੱਡੀ ਕੱਦ ਦੇ ਹੈਗੇ। ਕੁੱਲ ਵੋਟ 14,00,000+ ਵੋਟ ਹੈ, ਜਿਹਦੇ ਵਿੱਚੋਂ 11.5 ਲੱਖ 12 ਲੱਖ ਲਗਭਗ ਵੋਟ ਪਾਉਗੇ, ਹੋਰ ਤੁਹਾਡੇ ਸਾਹਮਣੇ 70% ਦੇ ਲਗਭਗ ਇੱਥੇ ਵੋਟ ਪਾਉਗੇ। ਮੈਂ ਸਮੁੱਚੇ ਵਾਲਮੀਕਿ ਭਾਈਚਾਰਾ ਅਤੇ ਅਸੀਂ ਭਾਈਚਾਰੇ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹ ਕਾਂਗਰਸ ਪਾਰਟੀ ਹੈ,
जिन्हें सिड्डा सिर के उत्ते गंद का टोकरा थले तारिया गलों के कुजे थले तारे तो जी सा पिछे झिंग बनी थी वह तारी है तो साढ़े सिर के उत्ते जरा कां का फंघ बनया था वह तार के सानू एक इंसानियत जामे तारिया केवल कांग्रेस पार्टी का ही साढ़े उत्ते बड़ा देन है। इस करके असं लोगों को बेनती कर रहे हैं कि आर एस एस बजंग संघ साढ़े सिर के उत्ते टोकरा गंद का रख रही है तो कांग्रेस पार्टी है जी इन गंद का टोकरा सू उतार के मानस इंसान बना के सूँ अज जो असी चिट्टे कपड़े पाए वधिया मकाना च रह रहे ये बतौरे कांग्रेस करके रह रहे इस करके सारे ही समुचे इंसानियत भाईचारे नाते हर एक अपील करते हैं कि कांग्रेस एक ऐसी जमात है जी कि हिंदुस्तान में चला सकती है तो हिंदुस्तान के बेरुजगारी जी भ्रष्टाचार फैलिया वा इस कदम कर ली कांग्रेस का साथ नागरा साहब नालों वध वोटां नाल हो जितणगे बस सेवा है पार्टी वालों जी है देखो पार्टी के वफादार सिपाही हाँ वफादार सिपाही होने के नाते ये साडा मुढ़ला फर्ज है पार्टी के लिए दिन रात करना क्योंकि जी ये इलैक्शन होंगी है ये पार्टी लिए बड़ा औखा घड़ी होंगी है इस दे जिहड़ा पार्टी का वर्कर उस पार्टी की साथ ना दे मैं नहीं चाहता है भी वह कोई पार्टी का सच्चा सिपाही है कोई नागरा साहब के दा कोई विरोध नहीं है बड़े इमानदार लीडर इमानदारी दे जो बंदा करता है कुछ यह जे आंसर होंने जिहड़े चाहते होंने भी वह सानू भी दूजे लीडर की तरह ठगियां मरवाउण इस लिए नागरा साहब इस चीज़ों तो बहुत दूर है वो कहने भी मैं जिनी देर करनी बड़ी इमानदारी राजनीति करनी है ना पैसा खाना है ना मैं खा देना जेडे कुछ खाने वाले आंसर है जा कुछ यह जे बंदे आ पार्टी के नाल लग जाने उन्होंने होंगे भी साढ़े लिए सानू वह जोड़ा है लीडर जा एम एल ए जा नागरा साहब सानू वह ठगियां बना तो इस चीज़ तो बहुत दूर आ इस करके हो सकता कोई कुछ का कोई बंदा कोई इस चीज़ तो नाराज़ हो मैनू नहीं लगता क्योंकि मैं तो हूँ हर पिंड घूमदा पूरे पूरे विधानसभा तो लैके बाहर वाले हल्कों च भी पर मैनू नहीं लगता भी नागरा साहब ने कोई इस हल्के कोई माड़ा काम किया है सब तो पंजाब दे विच जे 117 विधानसभा दे विचों जे आपां लईए सब तो इमानदार एम एल ए और मैं तो उन्होंने कहूँगा भी वह विकास पुत्र कहूँगा उन्होंने इस हल्के जिन्ना उन्होंने विकास कराया पिछले 50 सालों भी इस हल्के विकास मेरी तो यह अपील है भी आप जिथे भी अपना कोई भी बंदा हैगा कोई भी अपना दोस्त मित्र रिश्तेदार दोस्त जिथे भी अपनी जान पहचान हैगी उन्हां नूं मैं ही अपील करदा भी अपनी एक एक कीमती वोट डॉक्टर अमर सिंह नूं पाओ क्योंकि बड़े इमानदार वह भी बहुत इमानदार अपने अफसर रिटायर हुए हैगे ना उन असी चाहते हाँ भी जिस तरह नागरा साहब इमानदार हैं उस तरह ही जे एम एल ए इमानदार आ एम पी इमानदार आ तो जिहड़ा इलाका है वह बहुत मतलब बुलंदियों पर पहुँचूगा डिवेलपमेंट होगा बाकी शहीदां दी धरती है उन्हां दी भी साहबजादियां दी भी बड़ी पार कृपा इन्हां ते भी तो डॉक्टर अमर सिंह भी उतों भोरा साहब चो अरदास करके चले आ उन्होंने भी उन्होंने मतलब पूरी कृपा हैगी मैं चाहना भी बहुत वड्डी लीड नाल इतों फतेहगढ़ साहब फतेहगढ़ साहब तो पंजाबी सरगर्मी बहादुर सिंह धवाणा की रिपोर्ट।